सारे मेरे वालों प्यार भरी सत श्री अकाल। मेरा नाम गुरविंदर सिंह, तुसी देख रहे हो साडा यूट्यूब चैनल। तो अज असी विद्यार्थियों के नाल गलबात करांगे कि जिवें असी जानते हाँ कि पेपर शुरू हो रहे हैं तो उन्हां दी उस बेस के उत्ते किन्नी तैयारी है। चलो हुण चलदे हां असी विद्यार्थियों वल। सत श्री अकाल जी। सत श्री अकाल। तुहाडा नाम? जसदीप। कौन डिपार्टमेंट अपना? मैं जर्नलिज्म डिपार्टमेंट दी हां। ते जिवें हुण आपां नूं पता है पेपर आ गए ने, तुहाडी किन्नी तैयारी है? मेरी तां जी फुल तैयारी है, क्योंकि क्लासेस लगाईयां हैं ना, ते जिवें जो जो भी टीचर्स ने पढ़ाया सारा मैनूं पता है, ते तैयारी फुल आ। कोई टेंशन वगैरह होवे? बिल्कुल भी नहीं। जे मैनूं लगदा वी आपां तैयारी करदे आ हैना, जे पहले ही तैयारी होवे तां मैनूं लगदा कोई टेंशन हुंदी नहीं फिर। हाँ जी। ते तुसी स्टूडेंट नूं की कहना चाहोगे, की मोटिवेट करोगे? देखो मैं लगता है सारे नू, मतलब जे तुसी मोस्टली, क्योंकि जी सानू भी कई क्लासेस लगांदे तां पेपर तो पहला भी मैं लगता जे तुसी चंगी तरह पढ़ लो तां तुहाडी वधे जिहड़े पेपर हो सकदे नेगे। तां जे तुसी नहीं भी क्लासेस लगाई तां पढ़ लो, जे क्लासेस लगाई तां वेरी गुड। तुहाडा बहुत बहुत धन्यवाद। थैंक यू। साडे नाल हुण जुड़ चुके ने इक होर विद्यार्थी। चलो असीं इहनां नाल हुण गल्लबात करदे हां। सति श्री अकाल जी। सति श्री अकाल जी। तुहाडा नाम? मेरा नाम प्रभसिमरन कौर है, मैं इस कॉलेज की कॉमर्स डिपार्टमेंट की विद्यार्थन हाँ। ओके। तो जिम्मे हम आपको पता है कि पेपर नेड़े आ गए ने। हाँ जी। तो कि तैयारी थोड़ी? तैयारी जी चल रही है अजे, थोड़ी थोड़ी कर रहे हैं। कि क्लास वाइज होगी? हाँ जी हाँ जी, क्लास के सारा सिलेबस कवर हो गया है। ओके। तो खुद रिवाइज कर रहे हैं। रिविजन चल रही है? हाँ जी। तो ਜੇ ਹੁਣ ਤੁਹਾਨੂੰ ਪਤਾ ਹੈ ਕਿ ਪੇਪਰ ਆ ਗਏ ਨੇ, ਤੁਹਾਨੂੰ ਕੋਈ ਟੈਨਸ਼ਨ ਵਗੈਰਾ ਹੋਵੇ, ਕਿੰਨੀ ਕੁ ਟੈਨਸ਼ਨ ਆ? ਓਬਵੀਅਸਲੀ ਸਟ੍ਰੈਸ ਤਾਂ ਸਭ ਨੂੰ ਹੀ ਹੁੰਦਾ ਹੈ, ਬਟ ਆਪਾਂ ਨੂੰ ਸਟ੍ਰੈਸ ਨੂੰ ਕੋਪ ਅਪ ਕਰਨਾ ਆਉਣਾ ਚਾਹੀਦਾ ਹੈ, ਤੇ ਮੈਂ ਵੀ ਉਸ ਚੀਜ਼ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਤੁਸੀਂ ਆਪਣੇ ਨਾਲ ਪੜ੍ਹਦੇ ਫਰੈਂਡਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਪੇਪਰਾਂ ਬਾਰੇ? ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਸਟ੍ਰੈਸ ਫ੍ਰੀ ਹੋ ਕੇ ਆਪਣੀ ਪੜ੍ਹਾਈ ਕਰਨ, ਤਾਂ ਕਿ ਉਹਨਾਂ ਦਾ ਜਿਹੜਾ ਪੜ੍ਹਾਈ ਦੇ ਵਿੱਚ ਵੀ ਚੰਗੀ ਤਰ੍ਹਾਂ ਮਨ ਲੱਗੇ, ਅਤੇ ਉਹਨਾਂ ਨੂੰ ਜੋ ਵੀ ਰਿਵਾਈਜ਼ ਕਰਦੇ ਨੇ ਉਹ ਚੰਗੀ ਤਰ੍ਹਾਂ ਉਹਨਾਂ ਨੂੰ ਯਾਦ ਵੀ ਰਹੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਮੇਰਾ ਨਾਮ ਜੀ ਧਰਮਪ੍ਰੀਤ ਸਿੰਘ ਜੀ। ਤੁਹਾਡਾ ਵੀਰੇ? ਅਰਜਨ ਜੀ। ਕਿਹੜੇ ਡਿਪਾਰਟਮੈਂਟ ਵੀਰੇ ਆਪਣਾ? ਵੀਰੇ ਮੇਰਾ ਜੀ ਐਮਏ ਜਰਨਲਿਜ਼ਮ ਫਸਟ ਈਅਰ। ਤੁਹਾਡਾ ਜੀ? ਐਮਏ ਪੰਜਾਬੀ ਸੈਕਿੰਡ ਈਅਰ। ਓਕੇ। ਪੇਪਰ ਦੀ ਤਿਆਰੀ ਆਪਣੀ? ਪੇਪਰ ਦੀ ਤਿਆਰੀ ਕਿੰਨੀ ਕੁ ਹੈਗੀ ਆ? ਬਸ ਪਾਸ ਹੋਣ ਜੋਗੀ। ਨੋਟਸ ਵਗੈਰਾ ਬਣੇ ਹੋਏ ਨੇ? ਨੋਟਸ ਵਗੈਰਾ ਹੈਗੇ ਜੀ ਸਾਰੇ। ਤੇ ਕੋਈ ਟੈਨਸ਼ਨ ਵਗੈਰਾ ਹੋਵੇ? ਕੋਈ ਟੈਨਸ਼ਨ ਨਹੀਂ। ਕੋਈ ਟੈਨਸ਼ਨ ਨਹੀਂ ਤੁਹਾਡੀ ਵੀਰੇ? ਤਿਆਰੀ ਆ ਬਾਈ, ਵੈਸੇ ਯਾਰ ਆਪਾਂ ਜਿਵੇਂ ਸਪੋਰਟਸ ਵਾਲੇ ਆ, ਠੀਕ ਆ, ਸਾਡਾ ਹੁਣ ਇੰਟਰ ਕਾਲਜ ਸੀਗਾ ਤਾਂ ਥੋੜੀ ਪਹਿਲੇ ਐਮ ਐਸ ਟੀ ਥੋੜੀ ਘੱਟ ਤਿਆਰੀ ਆ, ਉਹਨੂੰ ਕਹਾਂ ਤੈਨੂੰ ਮੈਂ, ਪਰ ਨੈਕਸਟ ਟਾਈਮ ਜਿਹੜਾ ਐਮ ਐਸ ਸੀ ਸੈਕਿੰਡ ਹੁੰਦੇ ਤਾਂ ਉਦੋਂ ਹੀ ਪੜ੍ਹਦੇ ਹੁੰਦੇ ਸੀ, ਥੋੜਾ ਫਿਰ ਪੇਪਰ ਆਏ ਨੇ ਨੇੜੇ, ਫਿਰ ਪੜ੍ਹ ਲਈਦਾ, ਹੋ ਜਾਂਦੇ ਬਸ ਰੀਪੇਅਰ ਤੱਕ ਤਿਆਰੀ ਨਹੀਂ ਕਿ ਪਾਸ ਹੋ ਜਾਈਦਾ। ਵਧੀਆ ਯਾਰ, ਕੋਈ ਟੈਨਸ਼ਨ ਹੋਵੇ? ਨਾ ਕੋਈ ਟੈਨਸ਼ਨ ਨਹੀਂ ਹੈਗੀ ਯਾਰ, ਕੋਈ ਟੈਨਸ਼ਨ ਨਹੀਂ, ਕੋਈ ਟੈਨਸ਼ਨ ਨਹੀਂ ਹੈਗੀ। ਥੈਂਕ ਯੂ। ਸਾਡੇ ਨਾਲ ਹੁਣ ਜੁੜ ਚੁੱਕੇ ਨੇ ਕਾਲਜ ਦੇ ਕੁਛ ਵਿਦਿਆਰਥੀ, ਚਲੋ ਅਸੀਂ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਹਾਡਾ ਨਾਮ? ਸਿਮਰਨ ਕੌਰ। ਤੁਹਾਡਾ? ਨਵਦੀਪ ਕੌਰ। ਹਰਲੀਨ ਕੌਰ। ਤੁਹਾਡਾ? ਨਵਨੀਤ। ਕਿਹੜਾ ਡਿਪਾਰਟਮੈਂਟ ਆਪਣਾ? ਬੀਏ ਸੋਸ਼ਲ ਸਾਇੰਸ। ਅਤੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਪੇਪਰ ਆ ਗਏ ਨੇ, ਕਿੰਨੀ ਕੁ ਤਿਆਰੀ ਹੈ ਸਾਰਿਆਂ ਦੀ? 70%। ਤੁਹਾਡੀ? 70। ਤੁਹਾਡੀ? ਹੋ ਗਈ ਆਲਮੋਸਟ। ਆਲਮੋਸਟ ਹੋ ਗਈ। ਮੈਂ ਫਿਰ ਵੀ ਕਿੰਨੀ ਕੁ ਰਹਿੰਦੀ ਹੋਊਗੀ? ਕਲਾਸਿਸ ਦੇ ਵਿੱਚ ਟੈਸਟ ਅਕੋਰਡਿੰਗ ਤਾਂ ਹੋ ਚੁੱਕੇ, ਐਮ ਐਸ ਸੀ ਅਕੋਰਡਿੰਗ ਪ੍ਰੋਪਰ 100% ਹੋਣੀ, ਮਤਲਬ 70 ਹੋ ਚੁੱਕੇ। ਅਤੇ ਕੋਈ ਟੈਨਸ਼ਨ ਵਗੈਰਾ? ਕਿੰਨੀ ਟੈਨਸ਼ਨ? ਬਸ ਇਹ ਹੈ ਕਿ ਇੱਕ ਦਿਨ ਦੇ ਵਿੱਚ ਲਾਈਕ 2 ਐਮ ਐਸ ਸੀ ਨੇ, ਤਾਂ ਉਸ ਤਰ੍ਹਾਂ ਇੱਕ ਦੀ ਜ਼ਿਆਦਾ ਹੋ ਜਾਂਦੀ ਹੈ, ਤਾਂ ਇੱਕ ਦਾ ਥੋੜ੍ਹਾ ਜਿਹਾ ਉਹ ਹੋ ਜਾਂਦਾ, ਉਹ ਵੈਸੇ ਟੈਨਸ਼ਨ ਆ ਵੀ ਇੱਕ ਦਿਨ 'ਚ 2 ਨੇ, ਹੈਕਟਿਕ ਹੋ ਜਾਂਦਾ ਨਾ, ਵੈਸੇ ਕੋਈ ਟੈਨਸ਼ਨ ਨਹੀਂ। ਅਤੇ ਜਿਹੜਾ ਹੁੰਦਾ ਕਿ ਜਿਹੜੇ ਸਵੇਰ ਦੇ ਐਮ ਐਸ ਟੀ ਹੁੰਦੇ ਨੇ ਜਾਂ ਪੇਪਰ ਲਾ ਲਓ, ਅਤੇ ਉਹਦੀ ਆਪਾਂ ਕਹਿੰਦੇ ਹਾਂ ਕਿ ਜ਼ਿਆਦਾ ਤਿਆਰੀ ਹੁੰਦੀ ਹੈ ਜਾਂ ਘੱਟ ਦੂਸਰੇ ਨਾਲੋਂ? ਇਹ ਤਾਂ ਸਬਜੈਕਟ 'ਤੇ ਮੈਟਰ ਕਰਦਾ, ਜਿਹੜਾ ਮਤਲਬ ਜੇ ਆਪਾਂ ਦੂਸਰੇ 'ਤੇ ਫੋਕਸ ਕਰ ਲਈਏ, ਹਾਂਜੀ, ਪਰ ਵੈਸੇ ਤਾਂ ਦੋਨੇ ਹੀ ਹੋ ਜਾਂਦੇ ਨੇ, ਪਰ ਊਂ ਵੈਸੇ ਸ਼ਡਿਊਲ ਲਾਈਕ ਫਸਟ ਡੇ ਤਾਂ ਹੁਣ ਛੁੱਟੀਆਂ ਨੇ ਆਪਾਂ ਨੂੰ, ਹਾਂਜੀ, ਤਾਂ ਹੋ ਜਾਂਦੀਆਂ ਨੇ। ਸੈਕਿੰਡ ਡੇ ਲਾਈਕ ਟਿਊਜ਼ਡੇ ਵੀ 2 ਹੀ ਨੇ ਨਾ, ਤਾਂ ਫਿਰ ਟਾਈਮ ਅਸੀਂ 6 ਵਜੇ ਘਰ ਪਹੁੰਚਦੇ ਵੈਨਸ ਵਾਲੀ, ਤਾਂ ਫਿਰ ਟਾਈਮ ਵੀ ਘੱਟ ਰਹਿ ਜਾਂਦਾ। ਤੁਹਾਨੂੰ ਕੋਈ ਟੈਨਸ਼ਨ ਵਗੈਰਾ ਪੇਪਰ ਦੇ ਬਾਰੇ ਹੋਵੇ? ਟੈਨਸ਼ਨ ਹੈਗੀ ਹੈ ਥੋੜ੍ਹੀ ਬਹੁਤੀ। ਥੋੜ੍ਹੀ ਬਹੁਤੀ? ਤੁਹਾਨੂੰ ਟੈਨਸ਼ਨ ਤਾਂ ਹੁੰਦੀ ਆ ਪੇਪਰ ਦੇ ਰਿਲੇਟਡ ਤਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ ਵੀਰੇ? ਭੁਪਿੰਦਰ ਸਿੰਘ। ਵੀਰੇ? ਤੁਹਾਡਾ ਵੀਰੇ? ਖੁਸ਼ਪ੍ਰੀਤ ਸਿੰਘ ਜੀ। ਤਨਪ੍ਰੀਤ। ਮਨਮੀਤ। ਕਿਹੜਾ ਡਿਪਾਰਟਮੈਂਟ ਆਪਣਾ? ਮੇਰਾ ਕਮਰਸ ਹੈ ਜੀ। ਮੇਰਾ ਪੀ ਜੀ ਡੀ ਸੀ ਵੀਰੇ। ਤੁਹਾਡਾ? ਪੀ ਜੀ ਸੀ। ਕਮਰਸ ਹੈ ਜੀ। ਕਮਰਸ ਹੀ। ਅਤੇ ਹੁਣ ਜਿਵੇਂ ਪੇਪਰ ਆ ਗਏ ਨੇ, ਤਿਆਰੀ ਆ ਤੁਹਾਡੀ ਸਾਰਿਆਂ ਦੀ? ਹਾਂਜੀ ਵੀਰੇ, ਤਿਆਰੀ ਆ। ਸੋਮਵਾਰ ਨੂੰ ਸਾਡਾ ਪਹਿਲਾਂ ਸੀ ਲੈਂਗੁਏਜ ਦਾ ਸਵੇਰੇ, ਅਤੇ ਸ਼ਾਮ ਨੂੰ ਡੀ ਬੀ ਐਮ ਐਸ ਦਾ। ਪੂਰੀ ਤਿਆਰੀ ਆ? ਹਾਂਜੀ। ਕੋਈ ਟੈਨਸ਼ਨ ਹੋਵੇ? ਨਾ, ਟੈਨਸ਼ਨ ਵਗੈਰਾ ਤਾਂ ਨਹੀਂ, ਕੋਈ ਇੱਦਾਂ ਐਮ ਐਸ ਟੀ ਨੇ ਨੋਰਮਲ ਆਪਾਂ। ਠੀਕ ਆ। ਤੁਹਾਡੀ ਵੀਰੇ? ਤਿਆਰੀ ਹੈ ਜੀ, ਪੂਰੀ ਤਿਆਰੀ ਹੈ। ਲਾਇਬ੍ਰੇਰੀ ਕਿੰਨੀ ਟਾਈਮ ਜਾਂਦੇ ਹੋ ਤੁਸੀਂ? ਲਾਇਬ੍ਰੇਰੀ ਵੀਰੇ ਐਵੇਂ ਰੈਗੂਲਰ ਤਾਂ ਨਹੀਂ ਜਾ ਹੁੰਦਾ, ਜਦੋਂ ਲੋੜ ਪੈਂਦੀ ਆ ਨੋਟਸ ਵਗੈਰਾ ਦੀ ਫਿਰ ਜਾ ਹੀ। ਹਾਂਜੀ। ਤੁਹਾਡੀ ਵੀਰੇ ਤਿਆਰੀ ਹੋਈ ਆਪਣੀ? ਹਾਂਜੀ ਹਾਂ ਵੀਰੇ। ਕੋਈ ਟੈਨਸ਼ਨ ਹੋਵੇ? ਨਾ ਨਾ, ਟੈਨਸ਼ਨ ਲੈਂਦੀ ਨਹੀਂ ਆਪਾਂ ਜਾਵੇ। ਤੁਹਾਨੂੰ ਵੀਰੇ? ਨਾ ਜੀ ਨਾ, ਕੋਈ ਟੈਨਸ਼ਨ ਨਹੀਂ। ਲਾਇਬ੍ਰੇਰੀ ਯੂਜ਼ ਕਰਦੇ ਹੋ? ਕਰ ਲਈ ਜੀ ਕਦੇ ਕਦਾਈ, ਜੇ ਲੋੜ ਪਏ ਜਾਂ ਜਿਹੜੀਆਂ ਬੁੱਕਸ ਨਹੀਂ ਹੁੰਦੀਆਂ ਉਹ ਦੇਖ ਲਈਆਂ ਜੀ ਜਾ ਕੇ।
ਕੀ ਕਹਿਣਾ ਚਾਹੋਗੇ ਤੁਸੀਂ ਪੇਪਰਾਂ ਬਾਰੇ ਸਟੂਡੈਂਟ ਨੂੰ? ਬਸ ਆਹੀ ਪੜ੍ਹੋ ਪਾਸ ਹੋ। ਤੁਸੀਂ ਵੀਰੇ ਪੇਪਰਾਂ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ, ਐਮ ਐਸ ਟੀ ਨੇ ਜੀ ਇਹ ਥੋੜ੍ਹਾ ਬਹੁਤ ਥੋੜ੍ਹਾ ਹੀ ਪੜ੍ਹਨਾ ਹੁੰਦਾ, ਇੰਨਾ ਕਿੰਨਾ ਪੜ੍ਹਨਾ ਹੁੰਦਾ। ਹਾਂਜੀ ਜੀ, ਟੈਨਸ਼ਨ ਲੈਣ ਵਾਲੀ ਤਾਂ ਇਹਦੇ 'ਚ ਕੋਈ ਗੱਲ ਨਹੀਂ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਨਾਮ? ਹਰਸ਼ਦੀਪ। ਤੁਹਾਡੇ? ਕਮਲਰੀਤ। ਤਨਵੀਰ। ਓਕੇ। ਕਿਹੜੇ ਡਿਪਾਰਟਮੈਂਟ ਆਪਣਾ? ਸਾਇੰਸ। ਸਾਇੰਸ। ਪੇਪਰਾਂ ਦੀ ਤਿਆਰੀ ਸਾਰਿਆਂ ਦੀ? ਸੋ ਐਂਡ ਸੋ ਤੁਹਾਡੀ ਚੱਲ ਰਹੀ ਹੈ? ਅਤੇ ਕਹਿੰਦੇ ਨਹੀਂ ਹੁੰਦੇ ਹੈਗੇ ਸਾਇੰਸ ਵਾਲਿਆਂ ਦੀ ਸਟੱਡੀ ਥੋੜ੍ਹੀ ਟੱਫ ਹੁੰਦੀ ਹੈ, ਕਿੰਨੀ ਕੁ ਔਖੀ ਹੁੰਦੀ ਹੈ? ਇਹ ਤਾਂ ਮਤਲਬ ਸੋਚਣ ਦੀ ਗੱਲ ਹੁੰਦੀ ਹੈ, ਆਪਣੀ ਆਪਣੀ ਮਾਇੰਡ ਸੈੱਟ ਦੀ ਗੱਲ ਹੁੰਦੀ ਹੈ। ਮਤਲਬ ਕਿ ਤਿਆਰੀ ਪ੍ਰੋਪਰ ਚੱਲ ਰਹੀ ਹੈ, ਕੋਈ ਟੈਨਸ਼ਨ ਹੋਵੇ? ਥੋੜ੍ਹੀ ਬਹੁਤ ਹੈਗੀ ਹੈ। ਹਾਂਜੀ। ਕੀ ਪਾਸ ਹੋ ਜਾਵੇ? ਹਾਂਜੀ। ਸਪਲੀ ਸੁਪਲੀ ਤੁਹਾਡੀ ਆਈ ਹੋਵੇ ਕਿਸੇ ਦੀ? ਆਈ ਨਹੀਂ ਕਿਸੇ ਦੀ ਵੀ ਨਹੀਂ ਆਈ। ਅਤੇ ਤੁਸੀਂ ਕੀ ਕਹਿੰਦੇ ਚਾਹੋਗੇ ਸਟੂਡੈਂਟ ਨੂੰ ਆਪਣੇ ਤੁਹਾਡੇ ਨਾਲ ਪੜ੍ਹਦੇ ਨੇ ਜਿਹੜੇ, ਮੋਟੀਵੇਟ ਕਰੋਗੇ? ਅੱਜ ਅਸੀਂ ਘਰ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਤੋਂ ਪੇਪਰਾਂ ਦੀ ਜਾਣਕਾਰੀ ਹਾਸਲ ਕੀਤੀ। ਉਹਨਾਂ ਨੇ ਦੱਸਿਆ ਕਿ ਪੇਪਰ ਸਾਨੂੰ ਮੋਟੀਵੇਟ ਹੋ ਕੇ ਦੇਣੇ ਚਾਹੀਦੇ, ਨਾ ਹੀ ਡੀਮੋਟੀਵੇਟ। ਹੁਣ ਦਵੋ ਇਜਾਜ਼ਤ, ਕੈਮਰਾ ਮੈਨ ਸਾਹਿਬ ਦੇ ਨਾਲ ਮੈਂ ਗੁਰਵਿੰਦਰ ਸਿੰਘ, ਧੰਨਵਾਦ।